ਫੁੱਲਾਂ ਦੇ ਵਿੱਚ ਕਿੰਨਾ ਫਰਕ ਹੁੰਦਾ। ਆ ਮੇਰਾ ਕੁੜਤਾ ਵਧੀਆ ਪਹਿਲੀ ਵਾਰੀ ਪਾਇਆ। ਇਹ ਚਲੋ ਮੇਰੇ ਤੋਂ ਵੀ ਵੈਸੇ ਬਾਈ ਚਾਂਸ ਹੀ ਕਿਹਾ ਗਿਆ, ਪਰ ਬੜੀ ਕਿਊਟ ਗੱਲ ਹੁੰਦੀ ਹੈ ਜਦੋਂ ਕੋਈ ਇੱਦਾਂ ਕਹੇ ਹਨਾ। ਇਹ ਰੰਗ ਹੁੰਦੇ ਜੇ ਨਾ ਜੱਗ ਹੁੰਦੇ, ਫਿਰ ਫੁੱਲਾਂ ਦੇ ਵਿੱਚ ਕਿੱਦਾਂ ਫਰਕ ਹੁੰਦਾ। ਨੀਲੇ ਅੰਬਰ ਤੇ ਦੂਦੀਆ ਬੱਦਲਾਂ ਦਾ, ਫਿਰ ਕਿਸ ਤਰ੍ਹਾਂ ਆਪਸ ਵਿੱਚ ਤਰਕ ਹੁੰਦਾ। ਰੰਗਾਂ ਕਰਨੇ ਹੀ ਧਰਤੀ ਸੁਰਗ ਜਾਪੇ, ਸੁਰਗ ਜਾਪੇ, ਰੰਗਾਂ ਕਰਨੇ ਹੀ ਧਰਤੀ ਸੁਰਗ ਜਾਪੇ। ਨਹੀਂ ਤੇ ਰੰਗ ਵੀ ਹੋਣਾ ਇਹ ਨਰਕ ਹੁੰਦਾ। ਸਰਤਾਜ ਦੇ ਕੰਮ ਨੇ ਚੰਦਣੇ ਸੀ, ਇਸ ਸ਼ਾਇਰ ਦਾ ਬੇੜਾ ਵੀ ਨਰਕ ਹੁੰਦਾ। ਪਤਾ ਲੱਗਿਆ ਕਿਹੜਾ ਗਾਣਾ ਗਾਓਗੇ? ਜਦ ਜ਼ਿਕਰ ਤੇਰਾ ਹੋਵੇ। ਫੋਨ ਨਹੀਂ ਬੋਲਣਾ ਤੇ ਰੁੱਖ ਬੋਲਣਾ। ਜਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ, ਪਤਝੜ ਦਾ ਮੌਸਮ ਵੀ ਰੰਗੀ ਜਿਹਾ ਲੱਗਦਾ। ਸੱਜ ਪੱਪ ਕੇ ਖਿਆਲ ਮੇਰੇ ਅੱਜ ਆਏ ਅੜੀ ਵੇੜ ਨੂੰ, ਮੇਰੇ ਗੀਤ ਦਾ ਮੁਖੜਾ ਵੀ ਸ਼ੌਕੀ ਜਿਹਾ ਲੱਗਦਾ। ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਂ ਉਹ ਲੱਭਦੀ। ਅਸੀਂ ਜੋ ਵੀ ਲਿਖਦੇ ਹਾਂ ਤੋਹੀ ਜਿਹਾ ਲੱਗਦਾ। ਜਦ ਜ਼ਿਕਰ ਤੇਰਾ ਹੋਵੇ ਫਿਰ ਤਾੜੀ ਵੱਜਦੀ ਏ, ਫਿਰ ਮੋਢੇ ਹਿੱਲਣ ਮੇਰਾ ਜੀ ਜਿਹਾ ਕਰਦਾ। ਉਹ ਰੰਗ ਲੈ ਸਿੰਨੇ ਗੱਲ ਤੇ ਵੀ ਉਹ ਰੰਗ ਚੋਰੀ ਕਰ ਲੈਣਾ। ਇੱਕ ਸੁਣੀ ਕਹਾਣੀ ਸੀ, ਅੱਜ ਉਸ ਅਫਸਾਨੇ ਤੇ ਯਕੀਨ ਜਿਹਾ ਲੱਗਦਾ। ਉਹ ਦਿਨ ਜਦ ਜਜ਼ਬਾਤਾਂ ਤੋਂ ਉਹ ਮਹਿਸੂਸ ਨਹੀਂ ਕਰਦਾ। ਜਦ ਜਜ਼ਬਾਤਾਂ ਮਹਿਸੂਸ ਨਹੀਂ ਕਰਦਾ, ਦਿਲ ਜਦ ਜਜ਼ਬਾਤਾਂ ਮਹਿਸੂਸ ਨਹੀਂ ਕਰਦਾ, ਫਿਰ ਦਿਲ ਦਿਲ ਨਹੀਂ ਰਹਿੰਦਾ, ਪੰਪਿੰਗ ਮਸ਼ੀਨ ਜਿਹਾ ਲੱਗਦਾ। ਜਦ ਜ਼ਿਕਰ ਤੇਰਾ ਹੋਵੇ ਦੁੱਖ ਬੋਲਣ ਲੱਗਦੇ ਨੇ, ਜਿਨ੍ਹਾਂ ਦੇ ਮੰਮੀ ਡੈਡੀ ਨਾਲ ਆਏ ਨਾ ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਪ੍ਰਵੋਕ ਕਰੋ, ਤੂੰ ਕਿ ਮਾਮਾ ਮਾਮਾ ਬਜਾ ਲਓ ਦਾੜੀ, ਕੋਈ ਚੱਕਰ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਪਤਾ ਤੁਸੀਂ ਸ਼ੋਅ 'ਚ ਘੱਟ ਆਉਂਦੇ ਹੋਣੇ, ਪਰ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੀ, ਗੁਆਂਢੀ ਆਏ ਹੋਣ, ਕੋਈ ਚੱਕਰ ਨਹੀਂ। ਠੀਕ ਹੈ, ਤੁਸੀਂ ਐਂ ਫੀਲ ਕਰੋਗੇ ਆਪਣੇ ਪਿੰਡ ਹੀ ਆ ਬਸ, ਨਨਾਣਾ ਭਜਾਈਆਂ ਦੇ ਨਾਲ।
ਉਹ ਜਿਸ ਦਿਨ ਤੋਂ ਨਾਲ ਤੇਰੇ ਉਹ ਨਜ਼ਰਾਂ ਮਿਲ ਗਈਆਂ ਨੇ ਉਹ ਜਿਸ ਦਿਨ ਤੋਂ ਨਾਲ ਤੇਰੇ ਨੀ ਨਜ਼ਰਾਂ ਉੜ ਗਈਆਂ ਨੇ ਜਿਸ ਦਿਨ ਤੋਂ ਨਾਲ ਤੇਰੇ ਨਜ਼ਰਾਂ ਮਿਲ ਗਈਆਂ ਨੇ ਸਰਤਾਜ ਨੂੰ ਅੰਬਰ ਵੀ ਜ਼ਮੀਨ ਜਿਹਾ ਲੱਗਦਾ ਜਦ ਜ਼ਿਕਰ ਤੇਰਾ ਹੋਵੇ ਫਿਰ ਤਾੜੀ ਵੱਜਦੀ ਏ ਮਤ ਚੜਦਾ ਮੌਸਮ ਵੀ ਆਏ ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ਉੱਠ ਕੇ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ ਰਾਤ ਲਗਾਈ ਕੀ ਕਣ ਦੱਸ ਕੇ ਹਾਲ ਜਿਹਾ ਤੇਰੇ ਨੈਣਾਂ ਨੂੰ ਖਾਬੀ ਤਾਂ ਕਰ ਜਾਣਗੇ ਹਾਂ ਸੁਣੀ ਸ਼ਹਿਜ਼ਾਦੀਆਂ ਨੂੰ ਸੁਣ ਜੇ ਨਾ ਗੱਲ ਜ਼ਰਾ ਸ਼ੀਸ਼ੇ ਅੱਗੇ ਖੁਦ ਨੂੰ ਸਵਾਰ ਲੈਣ ਦੇ ਹਾਲੇ ਤੱਕ ਦੀ ਯਕੀਨ ਹੋਇਆ ਤੇਰਾ ਨੂੰ ਕਿ ਚੱਲ ਸਾਨੂੰ ਸੁਪਨੇ ਤੇ ਮੈਂ ਸਾਡਾ ਨੀ ਕਸੂਰ ਵੇ ਤੂੰ ਮੈਂ ਰਮਾਇਆ ਸਾ ਤੋਂ ਰਿਹਾ ਬੜਾ ਚਿਰ ਦੂਰ ਸਰਤਾਜ ਵੇ ਮੁਹੱਬਤਾਂ ਦਾ ਛਾਇਆ ਏ ਸਰੂਰ ਸਾਨੂੰ ਖੁਸ਼ੀ ਖੁਸ਼ੀ ਜਿੰਦ ਤੈਥੋਂ ਆਰ ਲੈਂਦੇ ਹਾਲੇ ਤੱਕ ਨੀ ਯਕੀਨ ਹੋਇਆ ਤੇਰਾ ਨੂੰ ਕਿ ਚੱਲ ਸਾਨੂੰ ਸੁਪਨੇ ਤੇ ਮੈਲ ਤਾਂ ਮੇਰੇ ਸਾਹਮਣੇ ਖੜਾ ਮੇਰੇ ਸਾਹਮਣੇ ਖੜਾ ਮੈਂ ਤੁਹਾਡੀ ਉਹ ਮੇਰੇ ਆਖਣਾ ਚੱਲਣਾ ਵੇ ਦੱਸ ਤੂੰ ਕੀ ਕਰ ਮੰਗਣਾ ਵੇ ਕਾਤਾ ਭਾਈਆਂ ਤੇਰੇ ਸਾਹਮਣੇ ਭਾਈਆਂ ਤੂੰ ਤੈਨੂੰ ਵਾਜਾ ਵੇ ਮਾਰਾ ਮੇਰੀਆਂ ਮਿੰਤਾਂ ਹਜ਼ਾਰਾਂ ਪਾਣੀ ਦਾ ਵੀਦਾ ਵਗਦਾ ਤੇਰਾ ਚੇਤਾ ਵੀ ਠੱਗਦਾ ਤੇਰਾ ਚੀਰਾ ਜਗਵਾਵਾਂ ਬਣ ਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਹਮਣੇ ਉਹ ਜਗਣਾ ਜੇ ਤੂੰ ਆਵੇ ਉਹ ਜਗਣਾ ਵੀ ਗੱਲ ਸੁਣ ਚੱਲਿਆ ਚੱਲਿਆ ਵੇ ਕਿਹੜਾ ਵਧਣਾ ਮੰਨਿਆ ਵੇ ਛੱਲਾ ਬੇੜੀ ਤਾਂ ਪੂਰੇ ਵਤਨ ਮਾਈਏ ਤਾਂ ਦੂਰੇ ਜਾਣਾ ਪੈਂਦੇ ਪੂਰੇ ਚੀਰੇ ਵਾਲਿਆ ਅਸੀਂ ਪੁੱਛਦੇ
ਅਸੀਂ ਬਚਦੇ ਰਹਿੰਦੇ ਹਾਂ ਸੱਚੇ ਰੱਬ ਤੋਂ, ਤੂੰ ਵੀ ਤੰਗ ਤੋਂ ਬੋਲ ਵੇ ਜਦੋਂ ਜੀਰੇ ਵਾਲਿਆ ਜੀਰੇ ਵਾਲਿਆ ਯਾਦਾਂ ਦਾ ਦੀਵਾ ਵਾਲਿਆ ਜਿੰਦ ਜਲਦੀ ਢੋਲ ਵੇ ਜਦੋਂ ਜੀਰੇ ਵਾਲਿਆ ਸਾਡਾ ਪਿੰਡ ਹੁਸ਼ਿਆਰਪੁਰ ਕੋਲੇ। ਮੈਂ ਰੀਸੈਂਟਲੀ ਅੱਜ 21 ਹੋਈ ਹੈ 16 ਅਪ੍ਰੈਲ ਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਆਪਣੇ ਕਰੀਅਰ ਦੇ ਵਿੱਚ ਆਪਣੇ ਜੱਦੀ ਪਿੰਡ ਬਜਰਾਵਰ ਜਿਹੜਾ ਚੱਪਿਆਂ ਕਸਬੇ ਦੇ ਨਾਲ ਆ ਉੱਥੇ ਪਰਫੋਰਮ ਕਰਕੇ ਆਇਆ। ਬੜਾ ਚਾਅ ਕੀਤਾ ਪਿੰਡ ਵਾਲਿਆਂ ਨੇ, ਕੋਈ ਜ਼ੋਰ ਦਾ ਤਾੜੀ ਮਾਰਦਾ ਸਾਡੇ ਪਿੰਡ ਵਾਲਿਆਂ ਦੇ ਨਾਮ ਦੀ। ਉਹ ਤੇਰਾ ਦੂਰ ਕਿਸੇ ਦੇਸ ਨਾਲ ਨਾਤਾ ਤੇ ਸਾਡਾ ਪਿੰਡ ਟੱਕੀਆਂ ਦੇ ਉਹਦੇ ਕੂੜੇ ਜਾਵਾਂ ਨੂੰ ਵਜਾਵਾਂ ਮੇਰੀ ਰਵਾਂ ਦੀ ਤੋਂ ਬੈਠੀਆ ਸਭ ਥੱਕੀਆਂ ਦੇ ਉਹਦੇ ਰਾਤੀ ਤਾਰਿਆਂ ਤਾਰਿਆਂ ਰਾਤੀ ਤਾਰਿਆਂ ਦੇ ਨਾਲ ਦੁੱਖ ਬੋਲੀਏ ਹੋਏ ਚੰਗੀ ਤਾਂ ਬਰੋ ਦੇ ਜਨਾਬ ਜੀਰੇ ਜੀਰੇ ਵਾਲਿਆ ਕਿੱਥੇ ਜੀ ਤੈਨੂੰ ਪਾਲਿਆ ਪੂਰੇ ਵਤਨ ਮਾਈਏ ਤਾਂ ਦੂਰੇ ਜਾਣਾ ਪੈਂਦੇ ਪੂਰੇ ਜੀਰੇ ਵਾਲਿਆ ਹੁਣ ਖੁਸ਼ ਹੋ।